सत श्री अकाल लोकरण पंजाबी ते तुहाडा स्वागत। मैं गुरजिंदर सिंह पंगू ते मेरे नाल मौजूद ने सियासी माहिर प्रोफेसर रण सिंह धालीवाल। धालीवाल साहब स्वागत है जी तुहाडा। मेहरबानी जी तुहाडे नाल जुड़न दी जी। श्रोतियां नूं भी सत श्री अकाल जी। दोस्तों धालीवाल साहब नाल असीं पंजाब दे जिहड़े मौजूदा हालात ने उहनां दे उत्ते विचार चर्चा करांगे। जिस तरीके दे नाल अमृतपाल सिंह होरां दा घटनाक्रम वापरिया ते उस तों बाद सरकार दी स्थिति की है, खास करके एक तबका इस गल नूं ऐं भी लैके चलदा कि पंजाब ने लम्मा समां एक दौर अपने पिंडे दे उत्ते हंडाया, उस दौर दे जिहड़े जख्म ने हुण तक नासूर बन के उह जख्म रिस रहे ने। ਉਹ ਜੋੜ ਕੇ ਦੇਖਦੇ ਨੇ ਕਿਤੇ ਅੱਜ ਵੀ ਜਿਹੜੇ ਹਾਲਾਤ ਨੇ ਪਹਿਲਾਂ ਵਰਗੇ ਹਾਲਾਤਾਂ ਵਰਗੇ ਹਾਲਾਤ ਨਾ ਬਣ ਜਾਣ, ਇਸ ਕਰਕੇ ਪੰਜਾਬ ਨੂੰ ਸੰਭਲ ਕੇ ਪੰਜਾਬ ਨੂੰ ਬਚ ਕੇ ਚੱਲਣ ਦੀ ਲੋੜ ਹੈ। ਧਾਲੀਵਾਲ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਵਿਚਰੇ ਨੇ, ਸਟੂਡੈਂਟ ਲਾਈਫ ਤੋਂ ਹੀ ਉਹ ਸਭ ਕੁਛ ਸਮਾਂ ਦੇਖਿਆ, ਸਭ ਕੁਛ ਆਪਣੇ ਅੱਖਾਂ ਦੇ ਨਾਲ ਦੇਖਿਆ, ਉਹ ਵੀ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਤੋਂ ਪਹਿਲੀਆਂ ਘਟਨਾਵਾਂ 30-40 ਸਾਲ ਪਹਿਲੀਆਂ ਘਟਨਾਵਾਂ 80 ਦੇ ਦਹਾਕੇ ਦੀਆਂ ਅਤੇ ਅੱਜ ਦੀਆਂ ਘਟਨਾਵਾਂ ਵੀ ਸੇਮ ਨੇ, ਇਹਨਾਂ ਦੇ ਪਿੱਛੇ ਮੈਟਰ ਕੀ ਹੈ, ਕਿਉਂ ਕੁਛ ਸਭ ਕੁਛ ਅੱਗੇ ਵੱਧ ਰਿਹਾ, ਸਾਰੀਆਂ ਬਾਤ ਗੱਲਾਂ 'ਤੇ ਗੱਲਾਂ ਬਾਤਾਂ ਕਰਾਂਗੇ। ਧਾਲੀਵਾਲ ਸਾਹਿਬ ਤੁਸੀਂ ਜਿਹੜਾ ਉਹ ਘਟਨਾਕ੍ਰਮ ਸੀ ਅੰਮ੍ਰਿਤਪਾਲ ਹੋਰਾਂ ਦਾ ਠਾਣੇ ਵਾਲਾ, ਤੁਸੀਂ ਕਿਵੇਂ ਦੇਖਿਆ ਸਰ ਉਹ, ਕੀ ਆਪਣੀ ਰਾਏ ਰੱਖਦੇ ਹੋ ਇਸ ਮਾਮਲੇ 'ਤੇ? ਮੈਨੂੰ ਹੀ ਲੱਗਦਾ ਹੈ ਕਿ ਜਦੋਂ ਵੀ ਇਹਦਾ ਵਿਸ਼ਲੇਸ਼ਣ ਕਰੀਏ ਆਪਾਂ ਇਹਨੂੰ ਸਿੱਧਾ ਸਿੱਧਾ ਤਿੰਨ ਭਾਗਾਂ 'ਚ ਵੰਡ ਲਈਏ ਜੀ। ਪਹਿਲਾ ਭਾਗ ਕਿ ਧਾਰਮਿਕ ਤੌਰ 'ਤੇ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਖੇਤੀਬਾੜੀ ਦੇ ਪੱਧਰ 'ਤੇ, ਸਨਅਤ ਦੇ ਪੱਧਰ 'ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭਾਵਨਾ ਕਹਿ ਲਓ, ਇੱਕ ਪਰਸੈਪਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਹਿ ਲਓ, ਇਹ ਪਾਈ ਗਈ ਕਿ ਸਮੇਂ ਸਮੇਂ 'ਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਹ ਵਿਤਕਰਾ ਹੋਣ ਕਰਕੇ ਜਾਂ ਉਹਦੀ ਪਰਸੈਪਸ਼ਨ ਹੋਣ ਕਰਕੇ ਜਿਹੜੀ ਪੰਜਾਬ ਦੀ ਜਵਾਨੀ ਹੈ ਜਾਂ ਜਿਹੜਾ ਪੰਜਾਬ ਦਾ ਆਮ ਨਾਗਰਿਕ ਹੈ ਉਹਨੂੰ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨਾਲ ਥੋੜ੍ਹੀ ਬਹੁਤੀ ਰੰਜ ਰਹੀ ਹੈ। ਉਹ ਰੰਜ ਰਹਿਣ ਨਾਲ ਜੇ ਆਪਾਂ ਕਹੀਏ ਕਿ ਬਗਾਵਤ ਦਾ ਮਾਦਾ ਜਿਹੜਾ ਉਹ ਇੱਥੇ ਅਜੇ ਵੀ ਸਥਿਰ ਹੈ ਅਤੇ ਉਹਨੂੰ ਕਦੇ ਵੀ ਸਮੇਂ ਦੀਆਂ ਸਰਕਾਰਾਂ ਨੇ ਠੀਕ ਤਰੀਕੇ ਨਾਲ ਐਡਰੈਸ ਨਹੀਂ ਕੀਤਾ, ਜਿਹਦੇ ਨਾਲ ਕੋਈ ਵੀ ਜਿਹੜਾ ਨਵਾਂ ਬੰਦਾ ਉੱਭਰਦਾ ਹੈ ਕਿਸੇ ਵੀ ਅੰਦੋਲਨ 'ਚੋਂ ਉਹ ਜਿਹੜਾ ਬਗਾਵਤੀ ਸੁਰ ਵਾਲਾ ਇੱਕ ਵਰਗ ਹੈ ਉਹ ਫਟਾਫਟ ਸਰਕਾਰ ਦੇ ਵਿਰੋਧ 'ਚ ਕੋਈ ਵੀ ਅੰਦੋਲਨ ਜਦੋਂ ਆਉਂਦਾ ਜਾਂ ਕੋਈ ਵੀ ਖੜਾ ਹੁੰਦਾ ਉਹਦੇ ਨਾਲ ਜੁੜ ਕੇ ਆਪਣਾ ਰੋਸ ਦਿਖਾਉਂਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇੱਕ ਕਾਰਨ ਤਾਂ ਇਹਦਾ ਇਹ ਹੈ ਕਿ ਇੱਕ ਸਥਿਤੀ ਪਈ ਹੈ। ਅੰਮ੍ਰਿਤਪਾਲ ਜੀ ਦਾ ਜਦੋਂ ਇਤਿਹਾਸ ਦੇਖਦੇ ਹਾਂ ਬਹੁਤ ਕਿਸੇ ਕ੍ਰਾਈਸਿਸ 'ਚੋਂ ਨਹੀਂ ਆਏ, ਬਹੁਤ ਕੋਈ ਪਾਰਟੀ ਬਣਾ ਕੇ ਨਹੀਂ ਆਏ, ਸਿਰਫ ਇਹ ਪ੍ਰਚਾਰਿਆ ਜਾ ਰਿਹਾ ਕਿ ਜੀ ਉਹ ਦੀਪ ਸਿੱਧੂ ਨਾਲ ਰਿਲੇਟਡ ਸੀ। ਜੇ ਆਪਾਂ ਦੀਪ ਸਿੱਧੂ ਦਾ ਵੀ ਇਤਿਹਾਸ ਦੇਖੀਏ ਉਹਨੇ ਵੀ ਕੋਈ ਬਹੁਤ ਵੱਡੇ ਸੰਘਰਸ਼ ਨਹੀਂ ਲੜੇ, ਕਿਸਾਨੀ ਸੰਘਰਸ਼ 'ਚ ਆ ਕੇ ਕਈ ਲੋਕਾਂ ਦਾ ਤਾਂ, ਕਈ ਵਿਦਵਾਨਾਂ ਦਾ ਤਾਂ ਇਹ ਉਹਦੇ ਵਿੱਚ ਜੇ ਆਪਾਂ ਕਹੀਏ ਪੱਖ ਹੈ ਜਾਂ ਉਹਨਾਂ ਦਾ ਵਿਚਾਰ ਹੈ ਕਿ ਉਹਨੇ ਕਿਸਾਨੀ ਅੰਦੋਲਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਜਾਣ ਬੁੱਝ ਕੇ ਜਾਂ ਅਣਜਾਣ ਪੁਣੇ ਵਿੱਚ ਸਰਕਾਰੀ ਏਜੰਸੀਆਂ ਦੁਆਰਾ ਵਰਤਿਆ ਗਿਆ। ਚਲੋ ਇਹ ਵੱਖਰੇ ਵਿਸ਼ਾ ਹੈ। ਸੋ ਇਸੇ ਤਰ੍ਹਾਂ ਜੇ ਆਪਾਂ ਕਹੀਏ ਅੰਮ੍ਰਿਤਪਾਲ ਜੀ ਦੀਪ ਸਿੱਧੂ ਦੀ ਸੋਚ 'ਤੇ ਜਿਹੜੀ ਇੱਕ ਜਥੇਬੰਦੀ ਬਣੀ ਉਸ ਜਥੇਬੰਦੀ 'ਚੋਂ ਉੱਭਰ ਕੇ ਇੱਥੇ ਆ ਗਿਆ, ਡਬਈ ਤੋਂ ਆ ਗਿਆ, ਆਪਣਾ ਕੰਮ ਘਰ ਛੱਡ ਕੇ ਆ ਗਿਆ, ਇਹਦੇ ਨਾਲ ਆਪਾਂ ਸਹਿਮਤ ਹਾਂ, ਪਰੰਤੂ ਓਵਰਨਾਈਟ ਲੋਕਾਂ ਦੇ ਵਿੱਚ ਉਹਦੀ ਭੱਲ ਬਣ ਜਾਣੀ ਇਹ ਗੱਲ ਥੋੜ੍ਹੀ ਜਿਹੀ ਹਜ਼ਮ ਹੋਣੀ ਔਖੀ ਹੈ। ਕੋਈ ਬੰਦਾ ਜਦੋਂ ਸੰਘਰਸ਼ 'ਚੋਂ ਆਉਂਦਾ, ਸੰਘਰਸ਼ ਲੜ ਕੇ ਆਉਂਦਾ, ਉਹਨੂੰ ਲੋਕ ਐਕਸੈਪਟ ਕਰ ਲੈਂਦੇ ਨੇ। ਉਸ ਕਰਕੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਜਾਂ ਜਿਹੜੇ ਬਹੁਤ ਸਾਰੇ ਵਿਸ਼ਲੇਸ਼ਕ ਨੇ ਰਾਜਨੀਤਿਕ, ਉਹਨਾਂ ਨੂੰ ਕਿਤੇ ਨਾ ਕਿਤੇ ਉਂਗਲ ਉਠਾਉਣ ਦਾ ਮੌਕਾ ਮਿਲਦਾ ਵੀ ਹੋ ਸਕਦਾ ਕਿ ਇਸ ਤਰ੍ਹਾਂ ਦਾ ਵਰਤਾਰਾ ਵੀ ਏਜੰਸੀਆਂ ਦੁਆਰਾ ਸਿਰਜਿਆ ਜਾ ਰਿਹਾ ਹੋਵੇ। ਇਸ ਕਰਕੇ ਇਹ ਦੋਸ਼ ਲਾਉਣ ਲਈ ਉੱਥੇ ਪੁਜੀਸ਼ਨ ਬਚਦੀ ਹੈ। ਜੇਕਰ ਉਹ ਸੰਘਰਸ਼ 'ਚੋਂ ਨਿਕਲ ਕੇ ਲੀਡਰ ਬਣਿਆ ਹੋਵੇ ਫਿਰ ਉੱਥੇ ਇਹ ਦੋਸ਼ ਲਾਉਣਾ ਮੁਸ਼ਕਲ ਹੋ ਜਾਂਦਾ। ਹੁਣ ਆਪਾਂ ਆਈਏ ਇਸ ਘਟਨਾ 'ਤੇ। ਇਸ ਘਟਨਾ ਦੇ ਫਿਰ ਮੈਂ ਤੁਹਾਨੂੰ ਕਹਿਣਾ ਕਿ ਦੋ ਪੱਖ ਨੇ, ਇੱਕ ਰਾਜਨੀਤਿਕ ਪੱਖ, ਇੱਕ ਪ੍ਰਸ਼ਾਸਨਿਕ ਪੱਖ। ਜੇ ਤਾਂ ਪ੍ਰਸ਼ਾਸਨਿਕ ਪੱਖ 'ਤੇ ਜਾਈਏ ਉਸ 'ਤੇ ਇਹ ਹੈ ਕਿ ਇੱਕ ਪਰਚਾ ਦਰਜ ਹੋਇਆ, ਉਹ ਪਰਚੇ ਦੇ ਵਿੱਚ ਕੁਛ ਪੱਤਰਕਾਰ ਇਹ ਵੀ ਰਿਪੋਰਟ ਕਰਦੇ ਨੇ, ਅਖਬਾਰ ਰਿਪੋਰਟ ਕਰਦੇ ਨੇ, ਮੀਡੀਆ ਰਿਪੋਰਟ ਕਰਦਾ ਕਿ ਉਹ 'ਚ ਅੰਮ੍ਰਿਤਪਾਲ ਜੀਆਂ ਦਾ ਵੀ ਨਾਂ ਹੈ। ਮੈਂ ਉਹਨੂੰ ਸਤਿਕਾਰ ਨਾਲ ਅੰਮ੍ਰਿਤਪਾਲ ਜੀ ਕਹਿੰਦਾ
क्योंकि वह एक सिखा की एक जमात को प्रतिनिध करता है। उहदे विच एक होर सज्जन का नाम सी जिहड़ा इन्हां दा नज़दीकी है, वह सज्जन नूं जिहदा नाम लवप्रीत सिंह उर्फ तूफान सिंह दस्या जा रहा जे मैं ठीक होवां जी बिल्कुल, उहनूं गिरफ्तार कर लिया गया। परचा दर्ज होया, परचे दे विच ये दोष लगे कि किसी एक व्यक्ति नूं किडनैप करके उहदी कुटमार की गई। हुण उहदी अरैसट पैगी प्रशासनिक पद्धर ते, जे उहदी अरैसट पैगी इत्थे तक आपां अगे चलीए कि इस तो अगे अमृतपाल जी जां अमृतपाल दी धिर उन्हां वल्लों इक अल्टीमेटम दिता गया कि जे इन्ने समय विच साडा इह व्यक्ति रिहा नहीं किया गया तद असी अगला एक्शन करांगे जां थाने दा घराओ करांगे, ते उन्होंने वड्डी गिणती जाके थाने दा घराओ कर लिया। इस गल ते समझ नहीं आई कि जदों एक धिर वल्लों जां एक जथेबंदी वल्लों जां एक यूनियन वल्लों जिन्हां दा अखबारां च पहला ना है ते वह जिहड़ा ना है वह भी कोई इस करके नहीं कि वह बहुत अच्छा काम कर रहे ने, उन्हां दा नाम भी इस तरह है कि वह बगावती सुर पहला ही बोल रहे ने। ये CID ਦੇ ਰਿਕਾਰਡ 'ਚ ਪੁਲਿਸ ਦੀ ਰਿਕਾਰਡ 'ਚ ਵੀ ਇਹ ਸਾਰੀਆਂ ਗੱਲਾਂ ਹੋਣਗੀਆਂ। ਜਦੋਂ ਉਹ ਅਲਟੀਮੇਟਮ ਦਿੰਦੇ ਨੇ ਤਾਂ ਉਸ ਅਲਟੀਮੇਟਮ ਦਾ ਪ੍ਰਸ਼ਾਸਨ ਨੇ ਕੀ ਨੋਟਿਸ ਲਿਆ? ਜੇ ਬਿਲਕੁਲ ਕੋਈ ਨੋਟਿਸ ਲਿਆ ਹੀ ਨਹੀਂ ਤਾਂ ਵੀ ਪ੍ਰਸ਼ਾਸਨ ਦਾ ਫੇਲੂਅਰ ਹੈ ਇਹ। ਜੇ ਉਹਨਾਂ ਨੇ ਨੋਟਿਸ ਲੈਣ ਤੋਂ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ਤਾਂ ਵੀ ਉਹ ਫੇਲੂਅਰ ਹੈ, ਕਿਉਂਕਿ ਫਿਰ ਉਹ ਇਕੱਠ ਨਹੀਂ ਸੀ ਹੋਣਾ ਨਹੀਂ ਸੀ ਚਾਹੀਦਾ, ਨਹੀਂ ਇਕੱਠ ਕਿਉਂ ਹੋਣ ਦਿੱਤਾ ਉਹਨਾਂ, ਇਹਦਾ ਮਤਲਬ ਉਹਨਾਂ ਦਾ ਪ੍ਰਸ਼ਾਸਨਿਕ ਫੇਲੂਅਰ ਹੈ। ਤੀਸਰੀ ਗੱਲ ਜਿਹੜੀ ਪ੍ਰਸ਼ਾਸਨਿਕ ਪੱਧਰ 'ਤੇ ਸਭ ਨੂੰ ਇਹ ਲੱਗ ਰਹੀ ਹੈ ਵੀ ਇਹ ਗੱਲ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਹਜ਼ਮ ਹੋਣ ਵਾਲੀ ਨਹੀਂ, ਕਿ ਜੇ ਇੱਕ ਪਰਚਾ ਦਰਜ ਹੋਇਆ ਕੀ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਅਰੈਸਟ ਕਰਨ ਤੱਕ ਕੋਈ ਸਬੂਤ ਨਹੀਂ ਦੇਖੇ, ਕੁਛ ਨਹੀਂ ਦੇਖਿਆ ਕਿ ਇਹ ਬੰਦੇ ਦੇ ਖਿਲਾਫ਼ ਦੋਸ਼ ਹੈਣ ਕਿ ਨਹੀਂ ਹੈਣ। ਜਦੋਂ ਉਹਨਾਂ 'ਤੇ ਦਬਾਅ ਆ ਗਿਆ, ਉਹ ਦਬਾਅ ਆ ਕੇ ਉਹਨਾਂ ਨੇ ਪੁਲਿਸ ਨੇ ਇੱਕ ਇਹ ਬਹਾਨਾ ਬਣਾਇਆ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸ਼ੀਲਡ ਦੇ ਤੌਰ 'ਤੇ ਲਿਆਂਦਾ ਜਿਹਦੇ ਕਰਕੇ ਸਾਨੂੰ ਦਬਣਾ ਪਿਆ। ਮੈਂ ਕਹਿੰਦਾ ਪੁਲਿਸ ਦਬ ਜਾਂਦੀ, ਪੁਲਿਸ ਬੰਦਾ ਛੱਡ ਦਿੰਦੀ, ਇੱਕ ਪਰਚਾ ਹੋਰ ਦਰਜ ਕਰ ਲੈਂਦੀ ਵੀ ਸਾਤੋਂ ਜ਼ਬਰਦਸਤੀ ਛੁਡਾ ਕੇ ਲੈ ਗਏ ਜੀ। ਪਰੰਤੂ ਉਹਨਾਂ ਨਾਲ ਇਹ ਕਮਿਟਮੈਂਟ ਕਰਨਾ ਕਿ ਜੀ ਇਹ ਵਿਅਕਤੀ ਨੂੰ ਅਸੀਂ ਕੱਲ੍ਹ ਨੂੰ ਕੋਰਟ 'ਚੋਂ ਛੁਡਾ ਦਾਂਗੇ, ਕਿਉਂਕਿ ਕੋਰਟ 'ਚ ਅਸੀਂ ਇਹ ਬਿਆਨ ਦੇਵਾਂਗੇ ਕਿ ਇਸ ਵਿਅਕਤੀ ਦੇ ਖਿਲਾਫ ਸਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ, ਇਸ ਕਰਕੇ ਇਹਨੂੰ ਛੱਡ ਦਿੱਤਾ ਜਾਵੇ। ਅਤੇ ਫਿਰ ਪਹਿਲਾਂ ਅਰੈਸਟ ਕਿਉਂ ਕੀਤਾ ਸੀ? ਇਹ ਆਪਦੇ ਆਪ 'ਚ ਜਦੋਂ ਆਪਾਂ ਕਾਨੂੰਨ ਦੇ ਐਂਗਲ ਤੋਂ ਦੇਖਦੇ ਹਾਂ ਬੜੇ ਪੁੱਠੇ ਸਵਾਲ ਨੇ, ਟੇਢੇ ਸਵਾਲ ਨੇ, ਜਿਹੜੇ ਸ਼ੱਕ ਪੈਦਾ ਕਰਦੇ ਨੇ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਜਾਣ ਬੁੱਝ ਕੇ ਜਾਂ ਤਾਂ ਫੇਲੂਅਰ ਦੀ ਆਪਣੀ ਢੱਕ ਰਿਹਾ, ਜਾਂ ਮਤਲਬ ਸ਼ੱਕ ਪੈਦਾ ਕਰਦੇ ਨੇ ਕਿ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਸੀ, ਪਲੈਨ ਮੁਤਾਬਕ ਕਿਸੇ ਨੂੰ ਪ੍ਰਮੋਟ ਕਰਨ ਦੀ ਗੱਲ ਤਾਂ ਨਹੀਂ ਕੀਤੀ ਜਾ ਰਹੀ। ਇਹ ਵੀ ਇੱਕ ਮਤਲਬ ਜਿਹੜਾ ਵਿਸ਼ਲੇਸ਼ਣ ਜਦੋਂ ਕਰਦੇ ਹਾਂ ਵਿਸ਼ਲੇਸ਼ਕਾਂ ਦਾ, ਇਹ ਵੀ ਇੱਕ ਪੱਖ ਹੈ ਵੀ ਕਿਤੇ ਐਸੀ ਗੱਲ ਤਾਂ ਨਹੀਂ ਕਿ ਜਾਣ ਬੁੱਝ ਕਰਕੇ ਕਿਸੇ ਧਿਰ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੇ ਵਿੱਚ ਇਹ ਮੈਸੇਜ ਦੇਣ ਲਈ ਕਿ ਇਹ ਦੇਖੋ ਜੀ ਇਸ ਧਿਰ ਦੀ ਇੰਨੀ ਚੱਲਦੀ ਹੈ, ਪੁਲਿਸ ਇਹਨਾਂ ਦੇ ਮੂਹਰੇ ਗੋਡੇ ਟੇਕ ਦਿੰਦੀ ਹੈ। ਇਸ ਕਰਕੇ ਜਿਹੜੇ ਇਸ ਕਿਸਮ ਦੇ ਬਗਾਵਤ ਬਾਗੀ ਸੁਰ ਵਾਲੇ ਲੋਕ ਨੇ ਉਹਨਾਂ ਨੂੰ ਇਹ ਧਿਰ ਸੂਟ ਕਰਦੀ ਹੈ, ਉਹ ਇਹਦੇ ਨਾਲ ਜੁੜਨ ਜਿਹਨੂੰ ਆਪਾਂ ਕਹਿੰਦੇ ਹਾਂ। ਪਹਿਲਾਂ ਵੀ ਉਹ ਜਦੋਂ ਜਿਹੜੀਆਂ ਪਹਿਲਾਂ ਵਾਲੀਆਂ ਖਾਲਿਸਤਾਨੀ ਮੂਵਮੈਂਟ ਸੀਗੀਆਂ 84 ਵੇਲੇ ਦੇ ਜਿਹੜੇ ਸਾਰਾ ਵਰਤਾਰਾ ਵਾਪਰਿਆ, ਉਦੋਂ ਵੀ ਕਿਤੇ ਨਾ ਕਿਤੇ ਇਹ ਦੋਸ਼ ਲੱਗਦੇ ਸੀ। ਜਿਹੜੀ ਉਹ ਆਪਣੀ ਕੀ ਹੈ ਉਹਨਾਂ ਦਾ ਨਾਂ GB ਸਿੰਘ ਸਿੱਧੂ, ਉਹਨਾਂ ਦੀ ਬੁੱਕ, ਉਹਨਾਂ ਨੇ ਤਾਂ ਕਲੀਅਰ ਹੀ ਕਰਤਾ ਵੀ ਇਹ ਸਾਰਾ ਕੁਝ ਸਰਕਾਰ ਨੇ ਪ੍ਰਮੋਟ ਕੀਤਾ ਸੀ। ਉਹ ਜੇ ਗੱਲਾਂ ਨੂੰ ਧਿਆਨ 'ਚ ਰੱਖਦੇ ਆ ਫਿਰ ਇਹ ਡਰ ਲੱਗ ਰਿਹਾ ਵੀ ਕਿਤੇ ਕੋਈ ਇੱਦਾਂ ਦਾ ਵਰਤਾਰਾ ਤਾਂ ਨਹੀਂ। ਹਾਲਾਂਕਿ ਇਹ ਸਮਾਂ ਦੱਸੂਗਾ, ਹਾਲੇ ਸਾਰਾ ਕੁਛ ਸਾਹਮਣੇ ਨਹੀਂ ਆ ਰਿਹਾ, ਪਰ ਸਮਾਂ ਦੱਸੇਗਾ ਕਿ ਸ਼ੱਕ ਜ਼ਰੂਰ ਹੁੰਦਾ ਵੀ ਕੋਈ ਇਹ ਵਰਤਾਰਾ ਇੱਦਾਂ ਦਾ ਤਾਂ ਨਹੀਂ। ਤੀਸਰੀ ਗੱਲ ਜੇ ਆਪਾਂ ਇਹਨੂੰ ਰਾਜਨੀਤਿਕ ਤੌਰ 'ਤੇ ਲਈਏ, ਰਾਜਨੀਤਿਕ ਜਿਹੜਾ ਪੱਖ ਹੈ ਉਹਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਬਹੁਤ ਸਾਰਾ ਦਬਾਅ ਹੈ ਵੱਖ ਵੱਖ ਪੱਖਾਂ ਤੋਂ, ਭਾਵੇਂ ਅਮਿਤ ਰਤਨ 'ਤੇ ਉਹਨਾਂ ਨੇ ਕਾਰਵਾਈ ਕਰ ਦਿੱਤੀ ਹੈ, ਦੂਜਿਆਂ ਨੂੰ ਉਹ ਕਹਿਣ ਯੋਗੇ ਹਨ ਕਿ ਦੇਖੋ
ਤੁਸੀਂ ਜਦੋਂ ਜਦੋਂ ਤੁਹਾਨੂੰ ਇੱਦਾਂ ਦੀਆਂ ਸੂਚਨਾਵਾਂ ਮਿਲਦੀਆਂ ਸੀ ਤੁਸੀਂ ਕਾਰਵਾਈ ਨਹੀਂ ਸੀ ਕਰਦੇ, ਅਸੀਂ ਆਪਣੇ ਬੰਦਿਆਂ 'ਤੇ ਵੀ ਕਾਰਵਾਈ ਕਰਦੇ ਹਾਂ। ਆਪਣੇ ਬੰਦਿਆਂ 'ਤੇ ਕਾਰਵਾਈ ਕਰਨ ਦਾ ਮਤਲਬ ਇਹ ਹੈ ਇਹ ਆਮ ਆਦਮੀ ਪਾਰਟੀ ਨੂੰ ਮਜਬੂਰੀ ਬਸ ਇਹ ਤਾਂ ਮੰਨਣਾ ਪੈ ਰਿਹਾ ਨਾ ਕਿ ਸਾਡੇ ਬੰਦੇ ਬਹੁਤ ਵੱਡੀਆਂ ਵੱਡੀਆਂ ਕੁਤਾਹੀਆਂ ਕਰਦੇ ਨੇ। ਤੀਸਰਾ ਕੇਸ ਆ ਗਿਆ, ਪਹਿਲਾਂ ਇੱਕ ਮੰਤਰੀ ਰਿਸ਼ਵਤ ਲੈਣ ਦੇ ਕੇਸ 'ਚ ਫਸਿਆ, ਉਹਨੂੰ ਹਟਾ ਤਾ ਮੰਨ ਲਓ। ਦੂਜੇ ਨੇ ਰਿਸ਼ਵਤ ਦਾ ਕੇਸ ਆਇਆ, ਉਹਨੂੰ ਲਮਕਾ ਲਮਕਾ ਕੇ ਹਟਾਤਾ। ਤੀਜੀ ਵਾਰੀ ਰਿਸ਼ਵਤ ਦਾ ਕੇਸ ਆਇਆ, ਇਹ ਕੇਸ ਟਿਲਟ ਕਰਨਾ ਚਾਹਿਆ। ਜੋ ਮੀਡੀਆ ਦੇ ਵਿੱਚ ਗੱਲਾਂ ਆਈਆਂ, ਮੈਂ ਉਸ ਤੋਂ ਮੈਂ ਸਿੱਧਾ ਦੋਸ਼ ਨਹੀਂ ਲਾ ਰਿਹਾ, ਮੈਂ ਮੀਡੀਆ ਦਾ ਜਿਹੜਾ ਪੱਖ ਹੈ ਉਹ ਰੱਖ ਰਿਹਾ। ਮੀਡੀਆ ਵਿੱਚ ਇਹ ਦੋਸ਼ ਆਇਆ ਕਿ ਉਸ ਨੂੰ ਬਚਾਇਆ ਜਾ ਰਿਹਾ, ਸਾਰਾ ਦੋਸ਼ ਉਹਦੇ ਪੀਏ 'ਤੇ। ਬਾਅਦ 'ਚ ਪਤਾ ਲੱਗਿਆ ਵੀ ਉਹ ਪੀਏ ਵੀ ਨਹੀਂ ਹੈ, ਉਹਦਾ ਮਿੱਤਰ ਹੈ, ਉਹ 'ਤੇ ਟਾਲਿਆ ਜਾ ਰਿਹਾ। ਪਰ ਬਾਅਦ ਵਿੱਚ ਇਸ ਤਰ੍ਹਾਂ ਦੇ ਸਬੂਤ ਆਏ, ਮੀਡੀਆ ਵਿੱਚ ਇਹ ਚਰਚਾ ਹੋਇਆ ਕਿ ਬਿੱਗ ਬੌਸ, ਮੈਨੂੰ ਨਹੀਂ ਪਤਾ ਉਹ ਕੌਣ ਨੇ, ਸਾਰੀ ਜਨਤਾ ਸਮਝਦੀ ਹੈ ਕਿ ਬਿੱਗ ਬੌਸ ਉਹਨੂੰ ਬਚਾਉਣਾ ਚਾਹੁੰਦੇ ਨੇ, ਇਸ ਕਰਕੇ ਉਹਨੂੰ ਲਮਕਾਇਆ ਗਿਆ। ਪਰ ਆਖਿਰਕਾਰ ਮੁੱਖ ਮੰਤਰੀ ਨੇ ਪਤਾ ਨਹੀਂ ਆਪਣੇ ਪੱਧਰ 'ਤੇ ਇੰਨਾ ਦਮ ਦਿਖਾਇਆ ਜਾਂ ਬਿੱਗ ਬੌਸ ਤੋਂ ਪ੍ਰਵਾਨਗੀ ਲੈ ਕੇ ਸਾਰਾ ਕੁਛ ਕੀਤਾ। ਪਰੰਤੂ ਇਹ ਸੱਚ ਹੈ ਕਿ ਬਿਨਾਂ ਮੁੱਖ ਮੰਤਰੀ ਦੀ ਇਜਾਜ਼ਤ 'ਤੇ ਪੁਲਿਸ ਨੇ ਹੱਥ ਨਹੀਂ ਪਾਇਆ। ਹਾਂ, ਇੱਕ ਚੰਗਾ ਕੰਮ ਕੀਤਾ ਪੁਲਿਸ ਨੇ ਕਿ ਲੋੜੀਂਦੇ ਸਬੂਤ ਇਕੱਠੇ ਕਰਕੇ ਫਿਰ ਉਹਨੂੰ ਅਰੈਸਟ ਕੀਤਾ। ਸੋ ਇਹ ਹੋ ਗਿਆ ਰਾਜਨੀਤਿਕ ਪੱਖ। ਪਰੰਤੂ ਰਾਜਨੀਤਿਕ ਪੱਖ ਦੇ ਵਿੱਚ ਇਹਦੇ ਸਿੱਟੇ ਕੀ ਨਿਕਲਣਗੇ? ਇਹਦੇ ਸਿੱਟੇ ਇਹ ਨਿਕਲਣਗੇ ਕਿ ਸਮੇਂ ਸਮੇਂ 'ਤੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹ ਇੱਦਾਂ ਦੀਆਂ ਘਟਨਾਵਾਂ ਨੂੰ ਵਰਤਣਗੀਆਂ। ਜਿਹੜੀਆਂ ਪਾਰਟੀਆਂ ਉਹ ਕਹਿਣਗੀਆਂ ਕਿ ਸਰਕਾਰ ਫੇਲ ਹੋ ਗਈ, ਗਵਰਨਰ ਕਹੇਗਾ ਕਿ ਸਰਕਾਰ ਫੇਲ ਹੋ ਗਈ, ਥਾਣੇ 'ਤੇ 2 ਘੰਟੇ ਉਹਨਾਂ ਦਾ ਕਬਜ਼ਾ ਰਿਹਾ। ਅਤੇ ਥਾਣੇ ਵਾਲਿਆਂ ਨੇ ਇਹ ਅਖਬਾਰਾਂ 'ਚ ਬਿਆਨ ਆ ਗਿਆ SSP ਸਾਹਿਬ ਦਾ ਕਿ ਸਾਨੂੰ ਨਰਮੀ ਤਦ ਦਿਖਾਉਣੀ ਪਈ ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸ਼ੀਲਡ ਬਣਾਇਆ। ਮੰਨ ਲਿਆ ਉਹਨਾਂ ਨੇ, ਸ਼ਾਇਦ ਸਮਾਂ ਦੱਸੂਗਾ, ਸ਼ਾਇਦ ਐਡਮਿਨਿਸਟ੍ਰੇਸ਼ਨ ਨੇ ਇਹ ਸਿਆਣਪ ਵੀ ਕੀਤੀ। ਪਰ ਇਹ ਤਾਂ ਇਹ ਗੱਲ ਤੋਂ ਸਾਬਤ ਹੁੰਦਾ ਨਾ ਕਿ ਐਡਮਿਨਿਸਟ੍ਰੇਸ਼ਨ ਪੁਖਤਾ ਜਿਹੜੇ ਕਦਮ ਸੀ ਉਹ ਨਹੀਂ ਚੱਕ ਸਕੀ ਸਮੇਂ 'ਤੇ, ਇੰਨਾ ਇਕੱਠ ਨਹੀਂ ਸੀ ਹੋਣ ਦੇਣਾ। ਅਲਟੀਮੇਟਮ ਦੇ ਕੇ ਬੰਦੇ ਆਏ ਨੇ, ਇਹਦਾ ਮਤਲਬ ਸਰਕਾਰ ਦੀ CID, ਸਰਕਾਰ ਦਾ ਇੰਟੈਲੀਜੈਂਸ ਵਿੰਗ, ਉਹਨਾਂ ਦਾ ਟੋਟਲ ਫੇਲੂਅਰ ਹੈ। ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ, ਕੀ ਵਾਪਰਨ ਜਾ ਰਿਹਾ। ਜੇਕਰ ਉਹਨਾਂ ਦੀ ਇੰਨੀ ਫੋਲੋਇੰਗ ਹੈ ਤਾਂ ਮੇਰਾ ਖਿਆਲ ਹੈ ਇਹ ਸਰਕਾਰਾਂ ਨੂੰ ਸਾਰਾ ਕੁਛ ਪਤਾ ਹੁੰਦਾ, ਮੇਰੀ ਸਮਝ ਮੁਤਾਬਕ ਜਿੰਨੀ ਕੁ ਮੈਂ ਸਮਝਦਾ। ਸੋ ਇੱਥੇ ਦੂਸਰਾ ਇਹ ਹੈ ਕਿ ਰਾਜਨੀਤਿਕ ਪੱਖ ਤੋਂ ਜੇ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਇੱਕ ਹੁਲਾਰਾ ਮਿਲਦਾ ਜੀ ਤਾਂ ਪੰਜਾਬ ਦਾ ਡਰ ਲੱਗ ਰਿਹਾ ਵੀ ਪੱਤਰਕਾਰਾਂ ਦਾ, ਜਿਹੜਾ ਪੱਤਰਕਾਰੀ ਦਾ ਜਿਹੜਾ ਲੈਵਲ ਹੈ ਉਹਦੇ ਵਿੱਚ ਇੱਕ ਪੱਖ ਇਹ ਉੱਭਰ ਕੇ ਸਾਹਮਣੇ ਆ ਰਿਹਾ, ਉਹ ਇਸ ਵਿਚਾਰ ਨਾਲ ਸਹਿਮਤ ਨੇ ਵੀ ਕਿਤੇ ਇਸ ਦੇ ਵਿੱਚੋਂ ਫਿਰ ਇਹ ਗੱਲ ਤਾਂ ਨਹੀਂ ਹੋਏਗੀ ਕਿ ਇੱਕ ਵਿਸ਼ੇਸ਼ ਧਿਰ ਜਿਹੜਾ ਵੋਟਰ ਹੈ ਉਹ ਇਸ ਤਰ੍ਹਾਂ ਦੀ ਮੂਵਮੈਂਟ ਤੋਂ ਡਰ ਕੇ ਕਿਸੇ ਵਿਸ਼ੇਸ਼ ਪੋਲੀਟੀਕਲ ਪਾਰਟੀ ਵੱਲ ਉਹਦਾ ਝੁਕਾਅ ਚਲਾ ਜਾਵੇ ਅਤੇ ਦੂਜਿਆਂ ਦਾ ਕਿਸੇ ਹੋਰ ਵਿਸ਼ੇਸ਼ ਪਾਰਟੀ ਵੱਲ ਝੁਕਾਅ ਹੋ ਜਾਵੇ ਜਿਹਦੇ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ, ਇੱਕ ਇਹਦਾ ਇਹ ਪਹਿਲੂ ਹੋ ਸਕਦਾ। ਦੂਜਾ ਜਿਹੜਾ ਦੋਸ਼ ਸ਼ੁਰੂ 'ਚ ਜਦੋਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਉਹਨਾਂ 'ਤੇ ਇਹ ਲਾਇਆ ਜਾਂਦਾ ਸੀ, ਵੈਸੇ ਓਵਰਆਲ ਜਿਹੜਾ ਦੇਖਿਆ ਗਿਆ ਆਮ ਆਦਮੀ ਪਾਰਟੀ ਧਾਰਮਿਕ ਮੁੱਦਿਆਂ 'ਤੇ ਬਚ ਕੇ ਨਿਕਲਣਾ ਚਾਹੁੰਦੀ ਹੈ, ਨਾ ਉਹ ਬਹੁਤ ਤਿੱਖਾ ਬੋਲਦੀ ਹੈ ਨਾ ਬਹੁਤ ਨਰਮ ਬੋਲਦੀ ਹੈ, ਉਹ ਚੁੱਪ ਕਰਕੇ ਆਪਦਾ ਵਕਤ ਲੰਘਾ ਲੈਂਦੀ ਹੈ। ਜਿਵੇਂ ਸ਼ਹੀਨ ਬਾਗ ਦੇ ਮੁੱਦੇ 'ਤੇ ਕੇਜਰੀਵਾਲ ਕੁਛ ਨਹੀਂ ਬੋਲਿਆ, ਹੋਰ ਬਹੁਤ ਸਾਰੇ ਧਾਰਮਿਕ ਮੁੱਦਿਆਂ 'ਤੇ ਕੇਜਰੀਵਾਲ ਕੁਛ ਨਹੀਂ ਬੋਲਦੇ। ਪੰਜਾਬ ਦੀ ਆਮ ਆਦਮੀ ਪਾਰਟੀ ਜੀ ਦੀ ਜਿਹੜੀ ਸਰਕਾਰ ਹੈ ਇਹਨਾਂ ਦੀ ਵੀ ਮੈਨੂੰ ਲੱਗ ਰਿਹਾ ਕਿ ਓਵਰਆਲ ਪੋਲਿਸੀ ਇਹਨਾਂ ਦੀ ਇਹ ਹੈ ਕਿ ਧਾਰਮਿਕ ਮੁੱਦਿਆਂ ਤੋਂ ਬਚਿਆ ਜਾਵੇ। ਸੋ ਉਹ ਬਚਦੇ ਬਚਦੇ ਕਿੰਨਾ ਬਚਣਾ ਉਹਦੀ ਕੋਈ ਸੀਮਾ ਹੁੰਦੀ ਹੈ, ਉਹ ਔਖਾ ਕੰਮ ਹੈ। ਸੋ ਇਸ ਤੋਂ ਡਰ ਇਹ ਲੱਗ ਰਿਹਾ ਕਿ ਜਿਹੜੀ ਕੇਂਦਰ ਦੀ ਵਿਸ਼ੇਸ਼ ਪਾਰਟੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਧਾਰਮਿਕ ਮੁੱਦਿਆਂ ਦੇ ਉੱਤੇ ਹੀ ਇਲੈਕਸ਼ਨ ਜਿੱਤਦੀ ਹੈ, ਮੈਨੂੰ ਇਹ ਵਿਚਾਰ ਜਿਹੜਾ ਪੱਤਰਕਾਰਾਂ ਦੇ ਵਿੱਚੋਂ ਮੀਡੀਆ ਦੇ ਇੱਕ ਗਰੁੱਪ ਦਾ ਜਿਹੜਾ ਇਹ ਵਿਚਾਰ ਹੈ, ਇਹ ਡਰ ਲੱਗ ਰਿਹਾ ਕਿ ਕਿਤੇ ਇਸ ਮੁੱਦੇ ਨੂੰ ਲੈ ਕੇ, ਇਸ ਮੁੱਦੇ ਨੂੰ ਖਾਲਿਸਤਾਨ ਦੇ ਨਾਂ 'ਤੇ ਤੂਲ ਦੇ ਕੇ ਹਿੰਦੁਸਤਾਨ ਦੇ ਵੋਟਰਾਂ ਵਿੱਚ ਇੱਕ ਸਹਿਮ ਪੈਦਾ ਕਰਕੇ ਰਾਸ਼ਟਰਵਾਦ ਦੇ ਨਾਂ 'ਤੇ ਕਿਸੇ ਇੱਕ ਵਿਸ਼ੇਸ਼ ਪੋਲੀਟੀਕਲ ਪਾਰਟੀ ਵੱਲੋਂ ਇਹਦਾ ਵੱਡਾ ਫਾਇਦਾ ਲੈਣ ਦੀ ਯੋਜਨਾ ਵੀ ਹੋ ਸਕਦੀ ਹੈ।
ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੱਧਰ ਨੂੰ ਗੱਲ ਚੱਲਦੀ ਹੈ। ਕਿਉਂਕਿ ਇਸ ਵਿੱਚ ਕੇਂਦਰ ਸਰਕਾਰ ਨੇ ਹਰ ਗੱਲ 'ਤੇ, ਆਮ ਆਦਮੀ ਪਾਰਟੀ 'ਤੇ ਹਰ ਇੱਕ ਗੱਲ 'ਤੇ ਰੌਲਾ ਪੈ ਜਾਂਦਾ ਕਿ ਸਾਨੂੰ ਆਹ ਪੱਤਰ ਦਾ ਜਵਾਬ ਦਿਓ, ਆਹ ਪੱਤਰ। ਇਸ ਗੱਲ 'ਤੇ ਹਾਲੇ ਤੱਕ ਕਿਸੇ ਪੱਤਰ ਦਾ ਉਹਨਾਂ ਨੇ ਜਵਾਬ ਨਹੀਂ ਮੰਗਿਆ ਵੀ ਇਹ ਫੇਲਿਓਰ ਕਿਉਂ ਹੋਇਆ। ਇੱਕ ਛੋਟਾ ਜਿਹਾ ਪੱਖ ਜਿਹੜਾ ਮੈਂ ਉਹ ਇਸ ਦਾ ਉਜਾਗਰ ਕਰਨਾ ਚਾਹੂੰਗਾ, ਉਹ ਬਹੁਤ ਹੀ ਸੰਗੀਨ ਵੀ ਹੈ ਅਤੇ ਬਹੁਤ ਹੀ ਸੰਵੇਦਨਸ਼ੀਲ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗੇ ਲਾ ਕੇ ਇਹਦੇ ਵਿੱਚ ਉਸ ਧਿਰ ਵੱਲੋਂ ਇਹ ਜਿਹੜਾ ਐਕਸ਼ਨ ਕੀਤਾ ਗਿਆ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਇਹਦੀ ਨਿੰਦਾ ਵੀ ਕੀਤੀ ਹੈ, ਇਹਨੂੰ ਠੀਕ ਨਹੀਂ ਸਮਝਿਆ, ਪਰੰਤੂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਦੇ ਬਾਰੇ ਚੁੱਪ ਵੀ ਨੇ। ਮੇਰਾ ਪਰਸਨਲ ਵਿਊ ਇਹ ਹੈ ਕਿ ਇਸ ਦੇ ਉੱਪਰ ਤੁਰੰਤ ਸਾਡੇ ਜਿਹੜੇ ਸਿੱਖ ਧਾਰਮਿਕ ਰਹਿਨੁਮਾ ਨੇ, ਜਿਨ੍ਹਾਂ ਦੇ ਵਿੱਚ ਸਾਡੇ ਜਥੇਦਾਰ ਜੀ ਵੀ ਆਉਂਦੇ ਨੇ, ਜਾਂ ਪੰਜ ਤਖਤਾਂ ਦੇ ਜਥੇਦਾਰ ਵੀ ਹੋ ਸਕਦੇ ਨੇ, ਜਾਂ ਇਮੀਡੀਏਟ ਜਥੇਦਾਰ ਜੀਆਂ ਨੂੰ ਇੱਕ ਮੀਟਿੰਗ ਬੁਲਾ ਕੇ ਕੰਮ ਕਰਨਾ ਚਾਹੀਦਾ ਹੈ, ਜਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਇਹ 'ਤੇ ਕੋਈ ਆਪਣਾ ਸਟੇਟਮੈਂਟ ਦੇਣੀ ਚਾਹੀਦੀ, ਆਪਣਾ ਵਿਊ ਦੇਣਾ ਚਾਹੀਦਾ ਕਿ ਇਹ ਬਜਾਏ ਇਸ ਦੇ, ਇਸ 'ਤੇ ਹੋਰ ਲੋਕ ਬੋਲਣ ਅਤੇ ਫਿਰ ਇੱਕ ਇਸ਼ੂ ਬਣੇ ਕਿ ਫਲਾਂ ਵਿਅਕਤੀ ਸਾਡੇ ਧਰਮ ਦੇ ਖਿਲਾਫ ਬੋਲਦਾ ਹੈ। ਮੈਨੂੰ ਇਹ ਲੱਗਦਾ ਕਿ ਇਸ 'ਤੇ ਤੁਰੰਤ ਸਾਡੇ ਜਿਹੜੇ ਧਾਰਮਿਕ ਰਹਿਨੁਮਾ ਨੇ, ਜਾਂ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਜਾਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ, ਉਹਨਾਂ ਨੂੰ ਵੀ ਖੁੱਲ੍ਹ ਕੇ ਬੋਲਣਾ ਚਾਹੀਦਾ ਕਿ ਇਹ ਸਾਰਾ ਕੁਛ ਠੀਕ ਹੈ ਜਾਂ ਗਲਤ ਹੈ। ਜੇ ਗਲਤ ਹੈ ਤਾਂ ਅੱਗੇ ਤੋਂ ਇਹ ਨਹੀਂ ਹੋਣਾ ਚਾਹੀਦਾ। ਸੋ ਇਹ ਜਿਹੜੇ ਪੱਖ ਉੱਭਰ ਕੇ ਸਾਹਮਣੇ ਆਏ ਨੇ, ਜੇ ਆਪਾਂ ਰਾਜਨੀਤਿਕ ਤੌਰ 'ਤੇ ਇਹ ਮੁੱਦੇ ਨੂੰ ਲਈਏ, ਉਹਦੇ ਵਿੱਚੋਂ ਮੈਨੂੰ ਇੱਕ ਖਦਸ਼ਾ ਜ਼ਰੂਰ ਹੈ, ਮੈਨੂੰ ਨਹੀਂ ਪੂਰੇ ਮੀਡੀਆ ਦੇ ਇੱਕ ਗਰੁੱਪ ਨੂੰ ਖਦਸ਼ਾ ਹੈ ਕਿ ਇਸ ਗੱਲ ਨੂੰ ਅੱਗੇ ਵਧਾ ਕੇ ਰਾਜਨੀਤਿਕ ਫਾਇਦਾ ਲੈਣ ਲਈ ਪੰਜਾਬ ਦਾ ਹੋਰ ਜ਼ਿਆਦਾ ਘਾਣ ਨਾ ਕਰ ਦਿੱਤਾ ਜਾਵੇ, ਇਹਦਾ ਖਦਸ਼ਾ ਜ਼ਰੂਰ ਬਣਿਆ ਹੋਇਆ। ਔਰ ਇਹ ਕੇਂਦਰ ਦੀਆਂ ਪਾਰਟੀਆਂ ਵੱਲੋਂ ਵੀ ਵਰਤਿਆ ਜਾ ਸਕਦਾ ਮੁੱਦਾ, ਅਤੇ ਪੰਜਾਬ ਦੀਆਂ ਪਾਰਟੀਆਂ ਵੱਲੋਂ ਵੀ ਇਹ ਮੁੱਦਾ ਵਰਤਿਆ ਜਾ ਸਕਦਾ, ਇਹ ਬਹੁਤ ਹੀ ਮੰਦਭਾਗਾ ਹੋਵੇਗਾ। ਜਿਵੇਂ ਕਹਿੰਦੇ ਕਿ 84 ਵੇਲੇ ਵੀ ਇੱਦਾਂ ਦੇ ਹਾਲਾਤ ਸੀ ਜਦੋਂ ਮਾਹੌਲ ਵਿਗੜਿਆ, 84 ਵੇਲੇ ਵੀ ਇਸ਼ੂ ਧਾਰਮਿਕ ਮੁੱਦੇ ਨੂੰ ਇਸ ਤਰ੍ਹਾਂ ਭੜਕਾਇਆ ਗਿਆ ਜੀ, ਉਹ ਭੜਕਾ ਕੇ ਹਾਲਾਤ ਇੱਦਾਂ ਦੇ ਬਣੇ, ਉਹ 'ਚ ਰਾਜਨੀਤਿਕ ਪਾਰਟੀਆਂ ਤੋਂ ਵੀ ਗਲਤੀਆਂ ਹੋਈਆਂ ਅਤੇ ਰਾਜਨੀਤਿਕ ਪਾਰਟੀਆਂ ਨੇ ਵੀ ਉਸ ਮੁੱਦੇ ਨੂੰ ਜਾਣੇ ਅਣਜਾਣੇ 'ਚ ਵਰਤਿਆ ਜੀ। ਇਹ ਕਹਿਣਾ ਔਖਾ ਹੈ ਕਿ ਉਹ ਸਾਰੀ ਸਾਜਿਸ਼ ਸੀ, ਪਰੰਤੂ ਤੁਸੀਂ ਇਹ ਦੇਖੋ ਨਾ, 84 ਦਾ ਦੰਗਾ ਸਿੱਖਾਂ ਨਾਲ ਹੋਇਆ, ਬਹੁਤ ਸਾਰੇ ਸਿੱਖ ਮਾਰੇ ਗਏ, ਪਰੰਤੂ ਉਹਦੇ ਬਾਵਜੂਦ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ, ਕਤਲ ਤੋਂ ਬਾਅਦ ਕਾਂਗਰਸ ਨੂੰ ਸੀਟਾਂ ਕਿੰਨੀਆਂ ਮਿਲੀਆਂ, ਕਦੇ ਇਹਦਾ ਵੀ ਵਿਸ਼ਲੇਸ਼ਣ ਕਰੋ ਨਾ। ਇਹਦਾ ਮਤਲਬ ਇਹ ਹੋਇਆ ਕਿ ਇੱਕ ਇਸ ਤਰ੍ਹਾਂ ਦਾ ਮੁੱਦਾ ਉਭਾਰ ਕੇ 417 ਰਾਸ਼ਟਰਵਾਦ ਦਾ ਪੈਦਾ ਕਰਕੇ, ਹਾਲਾਤ ਇਹ ਕਿ ਮੁਲਕ ਟੁੱਟ ਜਾਏਗਾ ਜੇਕਰ ਵੋਟਾਂ ਨਹੀਂ ਪਾਈਆਂ, ਅਤੇ ਹੋ ਸਕਦਾ ਇਸ ਮੁੱਦੇ ਨੂੰ ਇੱਦਾਂ ਵਰਤਿਆ ਜਾਵੇ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਹੈ, ਬਿਲਕੁਲ ਇਸ ਗੱਲ ਬੜੀ ਹੀ ਸੰਵੇਦਨਸ਼ੀਲ ਹੈ, ਇਹ ਕਹਿਣ ਵੇਲੇ ਵੀ ਮੈਨੂੰ ਵੀ ਮਤਲਬ ਬਹੁਤ ਸੰਕੋਚ ਰੱਖਣਾ ਪੈ ਰਿਹਾ ਵੀ ਇਹ ਗੱਲ ਕਿਵੇਂ ਕਹੀਏ ਜੀ, ਬਿਲਕੁਲ। ਸੋ ਇਸ ਕਰਕੇ ਇਹ ਉਸ ਤਰ੍ਹਾਂ ਦੀ ਗੱਲ ਬਣ ਸਕਦੀ ਹੈ, ਕਿਉਂਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਨਾ ਸਾਡੀਆਂ, ਇਹਨਾਂ ਨੂੰ ਆਪਣੀ ਰਾਜਨੀਤਿਕ ਸੱਤਾ ਤੋਂ ਬਿਨਾਂ ਕੋਈ ਮਰਿਆਦਾ ਜੀ, ਕੋਈ ਮਾਣ, ਕੋਈ ਸਤਿਕਾਰ, ਕੋਈ ਨਿਯਮ, ਕੋਈ ਕਾਨੂੰਨ, ਕੋਈ ਪ੍ਰਥਾ ਕੁਛ ਨਹੀਂ ਦਿਖਾਈ ਦਿੰਦਾ ਜੀ। ਬਸ ਇਹਨਾਂ ਨੂੰ ਇੱਕੋ ਹੀ ਚੀਜ਼ ਦਿਖਾਈ ਦਿੰਦੀ ਹੈ, ਇਹਨਾਂ ਦੀ ਸੱਤਾ 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 ਜੀ। ਅਤੇ ਉਹ ਗੱਲ ਪਹਿਲਾਂ ਵੀ ਸਾਬਤ ਹੋ ਗਈ ਹੈ, ਆ ਵਾਰ ਵਾਰ ਹੁਣ ਵੀ ਸਾਡੇ ਸਾਹਮਣੇ ਸਾਬਤ ਹੋ ਰਿਹਾ। ਔਰ ਬੜੀ ਕਮਾਲ ਦੀ ਗੱਲ ਹੈ ਇਹਦੇ ਵਿੱਚ ਕਿ ਜਿਹੜੀ ਰਾਜਨੀਤਿਕ ਪਾਰਟੀ ਨੂੰ ਕੋਈ ਦੋਸ਼ ਲੱਗਦਾ, ਉਹ ਇਹ ਕਦੇ ਨਹੀਂ ਕਹਿੰਦਾ। ਜਿਹੜੇ ਦੋਸ਼ ਉਹਨਾਂ ਨੇ ਲਾਏ ਸੀ ਦੂਜੀ ਪਾਰਟੀ 'ਤੇ, ਉਹ ਕਹਿੰਦਾ ਉਹਨਾਂ ਨੇ ਵੀ ਇੱਦਾਂ ਕੀਤਾ ਸੀ, ਫਿਰ ਉਹਨਾਂ ਨੂੰ ਮਾੜੇ ਕਿਉਂ ਕਹਿੰਦੇ ਆਪਾਂ? ਸੋ ਇਸ ਦੀ ਕੋਈ ਦਲੀਲ ਨਹੀਂ, ਪਰ ਇਹ ਜੋ ਵੀ ਹੋ ਰਿਹਾ ਇਹ ਮੰਦਭਾਗ ਹੈ। ਮੇਰੀ ਤਾਂ ਅੰਮ੍ਰਿਤਪਾਲ ਜੀ ਹੁਣਾਂ ਨੂੰ ਵੀ ਬੇਨਤੀ ਹੈ ਕਿ ਉਹ ਅਗਰ ਰਾਜਨੀਤੀ 'ਚ ਆਉਣਾ ਚਾਹੁੰਦੇ ਨੇ, ਜੀ ਸਦ ਕੇ ਆਉਣ ਜੀ। ਇਹਦੇ ਵਿੱਚ ਕਿਸੇ ਦੀ ਕੋਈ ਰੋਕ ਨਹੀਂ, ਸਾਡਾ ਸੰਵਿਧਾਨ ਸਭ ਨੂੰ ਆਗਿਆ ਦਿੰਦਾ ਕੋਈ ਵੀ ਬੰਦਾ ਰਾਜਨੀਤੀ ਕਰੇ, ਪਰੰਤੂ ਜੇ ਉਹ ਰਾਜਨੀਤੀ 'ਚ ਆਉਣਾ ਚਾਹੁੰਦੇ ਨੇ ਤਾਂ ਇੱਕ ਨਵੀਂ ਧਿਰ ਬਣ ਕੇ ਪੰਜਾਬ ਦੇ ਭਲੇ ਬਾਰੇ ਸੋਚਣ। ਵੈਸੇ ਤਾਂ ਰਾਜਨੀਤੀਵਾਨ ਪੰਜਾਬ 'ਚ ਬਹੁਤ ਹੋਏ ਫਿਰਦੇ ਨੇ, ਇੱਦਾਂ ਦੇ ਰਾਜਨੀਤੀਵਾਨਾਂ ਦੀ ਪੰਜਾਬ ਨੂੰ ਲੋੜ ਨਹੀਂ, ਪੰਜਾਬ ਨੂੰ ਉਹ ਰਾਜਨੀਤੀਵਾਨਾਂ ਦੀ ਲੋੜ ਹੈ ਜਿਹੜੇ ਪੰਜਾਬ ਬਾਰੇ ਸੋਚਣ,
ਪੰਜਾਬ ਦੇ ਭੱਲੇ ਬਾਰੇ ਸੋਚਣ, ਪੰਜਾਬੀਆਂ ਬਾਰੇ ਸੋਚਣ। ਸੋ ਜੇਕਰ ਉਹਨਾਂ ਦੇ ਮਨ 'ਚ ਕੋਈ ਇੱਦਾਂ ਦੀ ਇੱਛਾ ਹੈ ਤਾਂ ਉਹ ਆਪਣੀ ਇਹੀ ਜਿਹੀ ਪਲੈਨ ਬਣਾ ਕੇ ਲਿਆਉਣ ਅਤੇ ਲੋਕਾਂ ਦੇ ਸਾਹਮਣੇ ਰੱਖਣ ਉਹ ਪਲੈਨ ਕਿ ਉਹ ਜੇਕਰ ਰਾਜਨੀਤੀ ਨੂੰ ਉਭਾਰਦੇ ਨੇ ਤਾਂ ਉਹ ਕੀ ਸੁਧਾਰ ਲਿਆਉਣਗੇ। ਮੇਰੇ ਖਿਆਲ ਉਹ ਜ਼ਿਆਦਾ ਅੱਛਾ ਹੋਏਗਾ। ਅੱਛਾ ਹੋਏਗਾ ਜੀ, ਬਿਲਕੁਲ। ਧਾਲੀਵਾਲ ਸਾਹਿਬ, ਆਹੀ ਅਖੀਰਲੀ ਗੱਲ ਬੜੀ ਅਹਿਮ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਤੋਂ ਅਸੀਂ ਜਿਹੜਾ ਅੰਮ੍ਰਿਤਪਾਲ ਦਾ ਘਟਨਾਕ੍ਰਮ ਸੀ, ਥਾਣੇ ਦੀ ਘਟਨਾ ਤੋਂ ਲੈ ਕੇ ਪੰਜਾਬ ਦੇ ਤਮਾਮ ਹਾਲਾਤ ਅਗੇਤਰ ਪਿਛੇਤਰ ਵਾਲੇ ਉਹਨਾਂ ਦੇ ਵਿਚਾਰ ਚਰਚਾ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ ਦੇ ਨਾਲ। ਧੰਨਵਾਦ।